ਪੰਜਾਬ ਹੈ ਤਾਂ ਸਾੜੀਆਂ ਤਾਂ ਚੱਲਦੀ ਨਹੀਂ, ਬਟ ਅੱਜ ਕੱਲ੍ਹ ਕਾਫੀ ਜ਼ਿਆਦਾ ਟ੍ਰੈਂਡ ਆ ਚੁੱਕਿਆ ਹੈ ਰੈਡੀ ਟੂ ਵੀਅਰ ਸਾੜੀਜ਼ ਕਾ, ਯਾਨੀ 1 ਮਿੰਟ ਸਾੜੀਜ਼ ਕਾ, ਕਿਉਂਕਿ ਉਵੇਂ ਤਾਂ ਸਾੜੀ ਆਪਾਂ ਪਾਉਂਦੇ ਹੀ ਨਹੀਂ ਨਾ, ਕਿਉਂਕਿ ਲੱਗਦਾ ਨਾ ਟਾਈਮ ਸਭ ਤੋਂ ਜ਼ਿਆਦਾ ਸਾੜੀ ਪਾਉਣ ਦੇ ਵਿੱਚ, ਆਪਾਂ ਸੂਟ ਲੈ ਲੈਂਦੇ ਹਾਂ, ਬਟ ਅੱਜ ਕੱਲ੍ਹ ਕਾਫੀ ਜ਼ਿਆਦਾ ਕਰੇਜ਼ ਆ ਚੁੱਕਿਆ ਹੈ ਰੈਡੀ ਟੂ ਵੀਅਰ ਸਾੜੀਜ਼ ਕਾ ਪਾਰਟੀਆਂ ਦੇ ਵਿੱਚ, ਫੰਕਸ਼ਨ ਦੇ ਵਿੱਚ, ਫੈਸਟੀਵਲ ਦੇ ਵਿੱਚ, ਅਤੇ ਮੈਂ ਲੈ ਕੇ ਆਈ ਹਾਂ ਤੁਹਾਡੇ ਵਾਸਤੇ ਇਹੋ ਜਿਹੀ ਕੁਝ ਸਾੜੀਆਂ ਦੇ ਕਲੈਕਸ਼ਨ, ਜਿਹਦੇ ਵਿੱਚ ਮੈਂ ਤੁਹਾਨੂੰ ਸਾਰੇ ਦੇ ਸਾਰੇ ਡਿਫਰੈਂਟ ਡਿਜ਼ਾਈਨਸ ਦਿਖਾਉਣ ਵਾਲੀ ਹਾਂ, ਅਤੇ ਬਣੇ ਰਹੋ ਸਾਡੇ ਨਾਲ ਵੀਡੀਓ ਦੇ ਐਂਡ ਤੱਕ ਕੁਝ ਨਵੇਂ ਕਲੈਕਸ਼ਨ ਵੇਖਣ ਵਾਸਤੇ। ਸਤਿ ਸ਼੍ਰੀ ਅਕਾਲ ਜੀ, ਇੱਕ ਵਾਰੀ ਫਿਰ ਤੁਹਾਡਾ ਵੈਲਕਮ ਹੈ ਅਜਮੇਰਾ ਫੈਸ਼ਨ ਦੇ ਯੂਟਿਊਬ ਚੈਨਲ ਦੇ ਵਿੱਚ। ਕਿਵੇਂ ਹੋ ਤੁਸੀਂ ਸਾਰੇ? ਆਈ ਹੋਪ ਤੁਸੀਂ ਸਾਰੇ ਵੈਲ ਐਂਡ ਗੁੱਡ, ਵਧੀਆ ਹੋਵੋਗੇ। ਅੱਜ ਮੈਂ ਤੁਹਾਨੂੰ ਫਿਰ ਲੈ ਕੇ ਆਈ ਹਾਂ ਅਜਮੇਰਾ ਫੈਸ਼ਨ, ਜਿੱਥੇ ਤੁਹਾਨੂੰ ਹਰ ਟਾਈਪ ਦੇ ਡਿਜ਼ਾਈਨਰ ਪੀਸਿਸ ਮਿਲਦੇ ਨੇ, ਜਾਂ ਮੈਂ ਕਹਾਂ ਡੇਲੀ ਵੇਅਰ ਤੋਂ ਲੈ ਕੇ ਬ੍ਰਾਈਡਲ ਤੱਕ ਦੇ ਸਾਰੇ ਕਲੈਕਸ਼ਨ ਤੁਹਾਨੂੰ ਇੱਥੇ ਮਿਲ ਜਾਂਦੇ ਨੇ, ਕਿਉਂਕਿ ਅਜਮੇਰਾ ਫੈਸ਼ਨ ਇਕੱਲਾ ਇੱਕ ਇਹੋ ਜਿਹਾ ਮੈਨੂਫੈਕਚਰਰ ਹੈ ਜਿਹੜਾ ਕਿ ਸੂਟ, ਸਾੜੀ, ਕੁੜਤੀ, ਕਿਡਸ ਵੇਅਰ, ਮੈਨਸ ਵੇਅਰ, ਬੋਟਮ ਵੇਅਰ, ਦੁਪੱਟੇ, ਰੈਡੀ ਟੂ ਵੀਅਰ ਸਾੜੀਜ਼, ਇਨਫੈਕਟ ਲਹਿੰਗੇ, ਗਾਊਨਸ, ਹਰ ਟਾਈਪ ਦੀ ਵਰਾਇਟੀ ਬਣਾਉਂਦਾ ਹੈ ਆਪਣੀ ਮੈਨੂਫੈਕਚਰਿੰਗ ਫੈਕਟਰੀ ਦੇ ਵਿੱਚ। ਬਟ ਅੱਜ ਮੈਂ ਸਪੈਸ਼ਲੀ ਗੱਲ ਕਰ ਰਹੀ ਹਾਂ ਰੈਡੀ ਟੂ ਵੀਅਰ ਸਾੜੀ ਕੀ, ਯਾਨੀ 1 ਮਿੰਟ ਸਾੜੀ ਕੀ, ਜਿਹਦੇ ਵਿੱਚ ਮੈਂ ਤੁਹਾਨੂੰ ਕੁਝ ਨਵੇਂ ਨਵੇਂ ਡਿਜ਼ਾਈਨਸ ਦਿਖਾਵਾਂਗੀ। ਜੇ ਤੁਹਾਨੂੰ ਉਹਨਾਂ ਦੇ ਵਿੱਚੋਂ ਕੋਈ ਵੀ ਕਲੈਕਸ਼ਨ ਪਸੰਦ ਆਵੇ ਤਾਂ ਸਕਰੀਨਸ਼ੋਟ ਲੈ ਲਿਓ, ਅਤੇ ਸਕਰੀਨ 'ਤੇ ਦਿੱਤੇ ਨੰਬਰ 'ਤੇ ਭੇਜ ਕੇ ਤੁਸੀਂ ਉੱਥੋਂ ਵੀ ਡਾਇਰੈਕਟਲੀ ਪਰਚੇਸਿੰਗ ਕਰ ਸਕਦੇ ਹੋ। ਤਾਂ ਚਲੋ ਫਿਰ ਕਲੈਕਸ਼ਨ ਸਟਾਰਟ ਹੀ ਕਰ ਲੈਂਦੇ ਹਾਂ। ਆਹ ਵੇਖੋ, ਪਹਿਲਾ ਕਲੈਕਸ਼ਨ ਕਾਫੀ ਸੋਹਣਾ ਜਿਹਾ ਬਲਾਊਜ਼ ਪੀਸ ਹੈ, ਕਿੰਨਾ ਪਿਆਰਾ ਡਿਜ਼ਾਈਨਰ ਪੀਸ ਮਿਲ ਜਾਂਦਾ ਹੈ ਤੁਹਾਨੂੰ, ਉਹ ਵੀ ਸੀਕੁਐਂਸ ਵਰਕ ਦੇ ਨਾਲ, ਗਲਿਟਰ ਦਾ ਕਾਫੀ ਸੋਹਣਾ ਡਿਜ਼ਾਈਨ ਦਿੱਤਾ ਹੋਇਆ ਹੈ, ਵੇਖ ਹੀ ਸਕਦੇ ਹੋ ਕਾਫੀ ਕੈਂਟ ਬਲਾਊਜ਼ ਹੈ, ਤੇ ਇਹਦੇ ਨਾਲ ਤੁਹਾਨੂੰ ਮਿਲੂਗਾ ਜੀ। ਆਹ ਵੇਖੋ ਕਿੰਨੀ ਪਿਆਰੀ ਇਹਦੀ ਸਾੜੀ ਜਿਹੜੀ ਕਿ ਗ੍ਰੀਨ ਕਲਰ ਦੇ ਵਿੱਚ ਰਹਿਣ ਵਾਲੀ ਹੈ, ਤੇ ਆਹ ਵੇਖੋ ਜੀ ਇਹਦਾ ਬਹੁਤ ਹੀ ਪਿਆਰਾ ਜਿਹਾ ਪੱਲੂ ਤੁਸੀਂ ਵੇਖ ਸਕਦੇ ਹੋ, ਪੱਲੂ ਕਾਫੀ ਸੋਹਣਾ ਜਿਹਾ ਹੈ, ਤੇ ਇਹ ਵੇਖ ਰਹੇ ਹੋ ਤੁਸੀਂ ਕਿੰਨਾ ਪਿਆਰਾ ਡਿਜ਼ਾਈਨ ਹੈ, ਕਿਹਦਾ ਡਿਜ਼ਾਈਨ ਹੈ, ਇਹ ਰੋਜ਼ ਦਾ ਡਿਜ਼ਾਈਨ ਹੈ। ਇਹਦੇ ਵਿੱਚ ਤੁਹਾਨੂੰ ਹੋਰ ਵੀ ਬਥੇਰੇ ਕਲਰਸ ਮਿਲ ਜਾਣਗੇ। ਮੇਰੇ ਕੋਲ ਨਾ ਇਹਦਾ ਇੱਕ ਹੋਰ ਨਵਾਂ ਪੈਟਰਨ ਆਇਆ ਜਿਹਦੇ ਵਿੱਚ ਗਲਿਟਰ ਤਾਂ ਹੈ ਨਹੀਂ, ਬਟ ਉਹ ਪੀਸ ਕਾਫੀ ਸੋਹਣਾ ਹੈ। ਤਾਂ ਆ ਲਓ ਜੀ ਇੱਕ ਹੋਰ ਡਿਜ਼ਾਈਨਰ ਪੀਸ, ਕਾਫੀ ਪਿਆਰਾ ਜਿਹਾ ਬਾਲੀਵੁੱਡ ਕਨਸੈਪਟ ਦੇ ਵਿੱਚ ਮਿਲੂਗਾ ਤੁਹਾਨੂੰ, ਤੇ ਵੇਖ ਸਕਦੇ ਹੋ ਤੁਸੀਂ ਕਿੰਨਾ ਸੋਹਣਾ ਡਿਜ਼ਾਈਨਰ ਪੀਸ ਹੈ। ਇੱਕ ਗੱਲ ਹੋਰ ਤੁਹਾਨੂੰ ਦੱਸ ਦਿੰਦੀ ਹਾਂ ਮੈਂ, ਇਹ ਜਿਹੜਾ ਪੀਸ ਤੁਸੀਂ ਵੇਖ ਰਹੇ ਹੋ ਨਾ, ਇਹ ਸਾਰੇ ਦੇ ਸਾਰੇ ਹੈਵੀ ਕਲੈਕਸ਼ਨਸ ਨੇ, ਕਿਉਂਕਿ ਇਹਨਾਂ ਦੇ ਵਿੱਚ ਤੁਹਾਨੂੰ ਸਾਰਿਆਂ ਦੇ ਵਿੱਚ ਮਿਲ ਜਾਂਦੀ ਹੈ ਇੱਥੇ ਪੈਡਡ ਕਨਸੈਪਟ, ਯਾਨੀ ਕਿ ਸਾਰੇ ਦੇ ਸਾਰੇ ਹੈਵੀ ਸਾੜੀਆਂ ਰਹਿਣ ਵਾਲੀਆਂ ਨੇ। ਇਹਦੇ ਨਾਲ ਤੁਹਾਨੂੰ ਦਿਖਾ ਦਿੰਦੇ ਹਾਂ ਪਹਿਲਾਂ ਇਹਦਾ ਬੈਲਟ, ਜਿਹੜਾ ਕਿ ਸੋਬਰ ਮਿਲੂਗਾ ਤੁਹਾਨੂੰ, ਜ਼ਿਆਦਾ ਇਹਦੇ ਵਿੱਚ ਕੁਝ ਮਗਜ਼ਮਾਰੀ ਨਹੀਂ ਹੈਗੀ ਆ, ਮਤਲਬ ਸੋਬਰ ਡੀਸੈਂਟ ਜਿਹਾ ਕਲੈਕਸ਼ਨ ਹੈ। ਇਹਦੇ ਨਾਲ ਤੁਹਾਨੂੰ ਮਿਲ ਜਾਂਦਾ ਹੈ ਜੀ, ਆਹ ਵੇਖੋ ਕਿੰਨੀ ਪਿਆਰੀ ਸਾੜੀ, ਵੇਖ ਰਹੇ ਹੋ ਸਾੜੀ ਕਿੰਨੀ ਸੋਹਣੀ ਹੈ, ਲਾਈਕਰਾ ਦੇ ਵਿੱਚ ਮਿਲੂਗੀ। ਤੇ ਆ ਰਿਹਾ ਜੀ ਇਹਦਾ ਕਿੰਨਾ ਪਿਆਰਾ ਜਿਹਾ ਡਿਜ਼ਾਈਨਰ ਪੱਲੂ, ਜਿਹਦੇ ਵਿੱਚ ਤੁਸੀਂ ਵੇਖ ਹੀ ਰਹੇ ਹੋ ਲੈਂਥ ਵਿਡਥ ਕਾਫੀ ਵਧੀਆ ਦਿੱਤੀ ਹੋਈ ਹੈ, ਤੇ ਇੱਥੇ ਤੁਹਾਨੂੰ ਪਤਾ ਹੈ ਇਸ ਟਾਈਪ ਦੇ ਹੁੱਕ ਤੁਹਾਨੂੰ ਮਿਲ ਜਾਂਦੇ ਨੇ ਬੰਨਣ ਵਾਸਤੇ, ਤੇ ਇਹ ਰਹੀ ਜੀ ਇਹਦੀਆਂ ਪਲੇਟਾਂ। ਆਹ ਵੇਖੋ ਪਲੇਟਾਂ ਤੁਸੀਂ ਵੇਖ ਰਹੇ ਹੋ, ਇਹਦੇ ਵਿੱਚ 5-6 ਪਲੇਟ ਪਹਿਲਾਂ ਹੀ ਬਣਾ ਕੇ ਦਿੱਤੀ ਹੋਈ ਨੇ, ਤੇ ਹੁੱਕ ਦਿੱਤੇ ਹੋਏ ਨੇ ਬੰਨਣ ਵਾਸਤੇ, ਹੁੱਕ ਦੇ ਵਿੱਚ ਵੀ ਥਾਂ ਦਿੱਤੀ ਹੋਈ ਹੈ ਕੋਈ ਮੋਟਾ ਹੋਵੇ ਕੋਈ ਪਤਲਾ ਹੋਵੇ ਉਸ ਟਾਈਪ ਦੇ, ਕਿਉਂਕਿ ਇਹ ਫ੍ਰੀ ਸਾਈਜ਼ ਆਉਂਦੀਆਂ ਨੇ। ਤੇ ਇਹਨਾਂ ਦੇ ਵਾਂਗ ਤੁਹਾਨੂੰ ਇੱਕ ਹੋਰ ਕਲੈਕਸ਼ਨ ਦਿਖਾਉਂਦੀ ਹਾਂ ਜਾਰਜਟ ਫੈਬਰਿਕ ਤੇ। ਤਾਂ ਆਹ ਵੇਖੋ ਜਾਰਜਟ ਤੇ ਲੈ ਕੇ ਆਇਆ 3-4 ਸਲੀਵਸ ਦੇ ਵਿੱਚ, ਸਲੀਵਸ ਤੁਸੀਂ ਵੇਖ ਰਹੇ ਹੋ ਅੱਜ ਕੱਲ੍ਹ ਦੇ ਪੈਟਰਨ ਦੀ ਆ ਚੁੱਕੀਆਂ ਨੇ, ਇਹ ਮੈਂ ਤੁਹਾਨੂੰ ਦਿਖਾਈ ਦਿੰਦੀ ਹਾਂ ਇੱਕ ਵਾਰੀ। ਆਹ ਵੇਖੋ ਸਲੀਵਸ ਤੁਸੀਂ ਵੇਖੋ ਕਿੰਨੀ ਪਿਆਰੀ ਹੈ, ਡਿਜ਼ਾਈਨਰ ਸਲੀਵਸ ਨੇ, ਕਾਫੀ ਸੋਹਣਾ ਪੈਟਰਨ ਲੱਗਿਆ ਮੈਨੂੰ ਤਾਂ ਇਹਨਾਂ ਦਾ, ਤੇ ਸਲੀਵਸ ਵੀ ਤੁਹਾਨੂੰ ਡਿਜ਼ਾਈਨ ਦਿੱਤਾ ਹੋਇਆ, ਇਹ ਜਾਰਜਟ ਫੈਬਰਿਕ ਤੇ ਹੈ, ਆਲ ਓਵਰ ਲੁੱਕ ਤੁਸੀਂ ਵੇਖੋਗੇ ਇਹਦਾ ਕੰਪਲੀਟ ਰਹਿਣ ਵਾਲਾ ਹੈ। ਤੇ ਇਹਦੇ ਨਾਲ ਤੁਹਾਨੂੰ ਮਿਲੂਗਾ
ਜੀ ਆ ਵੇਖੋ ਬੈਲਟ, ਉਹ ਵੀ ਕਾਫੀ ਘੈਂਟ ਲੁੱਕ ਹੈ ਇਹਦਾ, ਵੀ ਬੈਲਟ ਵੇਖ ਸਕਦੇ ਹੋ ਕੰਪਲੀਟ, ਤੇ ਤੁਹਾਨੂੰ ਓਰਿਜਨਲ ਮਿਰਰ ਵਰਕ ਦਾ ਡਿਜ਼ਾਇਨ ਮਿਲ ਜਾਂਦਾ ਹੈ। ਹੁਣ ਗੱਲ ਕਰ ਲੈਂਦੇ ਹਾਂ ਜੀ ਇਹਨਾਂ ਦੀ ਪਲੇਟਾਂ ਦੀ, ਸਾੜੀਆਂ ਦੀ। ਆ ਲਓ ਜੀ, ਇਹ ਹੈ ਜੀ ਇਹਦੀ ਜਾਰਜਟ ਵਾਲੀ ਸਾੜੀ, ਤੇ ਇਹ ਹੈ ਜੀ ਇਹਦਾ ਪੱਲੂ ਜਿਹਦੇ ਵਿੱਚ ਤੁਹਾਨੂੰ ਕਿੰਨਾ ਪਿਆਰਾ ਤੇ ਡਿਜ਼ਾਇਨ ਮਿਲ ਜਾਂਦਾ ਵੇਖ ਹੀ ਸਕਦੇ ਹੋ। ਤੇ ਇਹਦਾ ਲੁੱਕ ਤੁਸੀਂ ਵੇਖੋਗੇ ਨਾ ਤਾਂ ਆਲ ਓਵਰ ਸਾੜੀ ਦਾ ਕਾਫੀ ਸੋਹਣਾ ਆਉਣ ਵਾਲਾ ਹੈ, ਕਿਉਂਕਿ ਬ੍ਰੌਚ ਇੰਨਾ ਪਿਆਰਾ ਹੈ ਤਾਂ ਲੁੱਕ ਤਾਂ ਘੈਂਟ ਆਊਗਾ ਹੀ ਆਊਗਾ। ਇਹਦੇ ਵਿੱਚ ਮੇਰੇ ਕੋਲ ਇੱਕ ਹੋਰ ਵੀ ਡਿਜ਼ਾਇਨ ਪੈਟਰਨ ਹੈਗਾ, ਉਹ ਵੀ ਤੁਹਾਨੂੰ ਦਿਖਾ ਦਿੰਦੀ ਹਾਂ। ਆ ਵੇਖੋ, ਇਸ ਤੋਂ ਪਹਿਲਾਂ ਤੁਸੀਂ ਆ ਹੈਂਡਵਰਕ ਵਾਲਾ ਕਲੈਕਸ਼ਨ ਵੇਖ ਲਓ। ਇਹ ਰਿਹਾ ਜੀ ਕਿੰਨਾ ਪਿਆਰਾ ਲੈਵੈਂਡਰ ਕਲਰ, ਕਲਰ ਤਾਂ ਸਾਰੇ ਦੇ ਸਾਰੇ ਹੀ ਯੂਨੀਕ ਨੇ। ਲੈਵੈਂਡਰ ਕਲਰ ਦੇ ਵਿੱਚ ਤੁਹਾਨੂੰ ਮਿਲ ਜਾਂਦਾ ਹੈ ਓਰਿਜਨਲ ਮਿਰਰ ਵਰਕ ਦੇ ਨਾਲ ਕੰਪਲੀਟ, ਤੇ ਹੈਂਡਵਰਕ ਦਾ ਡਿਜ਼ਾਇਨ, ਤੇ ਇਹ ਵੀ ਤੁਹਾਨੂੰ ਪੈਡਡ ਕਨਸੈਪਟ ਹੀ ਮਿਲਣ ਲੱਗੀ ਹੈ ਸਾੜੀ। ਤੇ ਇਹਦੇ ਨਾਲ ਤੁਹਾਨੂੰ ਦਿਖਾ ਦਿੰਦੇ ਹਾਂ ਜੀ ਇਹਦਾ ਬੈਲਟ ਆ ਰਿਹਾ ਜੀ। ਆ ਵੇਖੋ ਬੈਲਟ ਕਿੰਨਾ ਸੋਹਣਾ ਹੈ, ਕਾਫੀ ਸੋਹਣਾ ਜਿਹਾ ਬੈਲਟ ਮਿਲ ਜਾਂਦਾ ਹੈ, ਉਹ ਵੀ ਡਿਜ਼ਾਇਨਰ। ਤੇ ਹੁਣ ਗੱਲ ਕਰ ਲੈਂਦੇ ਹਾਂ ਜੀ ਸਾੜੀ ਦੀ, ਤਾਂ ਆ ਵੇਖੋ ਤੁਹਾਨੂੰ ਸਾੜੀ ਇੱਥੇ ਮਿਲ ਜਾਂਦੀ ਹੈ ਲਾਈਕਰਾ ਫੈਬਰਿਕ ਦੇ ਨਾਲ, ਬਟ ਕੰਪਲੀਟ ਸਾੜੀ ਤੇ ਤੁਹਾਨੂੰ ਇਸ ਟਾਈਪ ਦੀ ਫ੍ਰਿਲ ਮਿਲੂਗੀ ਜੀ, ਜਿਵੇਂ ਕਿ ਤੁਸੀਂ ਆ ਵੇਖ ਰਹੇ ਹੋ, ਇਹ ਕੰਪਲੀਟ ਸਾੜੀ ਤੇ ਹੀ ਤੁਹਾਨੂੰ ਫ੍ਰਿਲ ਮਿਲ ਜਾਂਦੀ ਹੈ। ਤੇ ਆ ਰਿਹਾ ਜੀ ਇਹਦਾ ਬ੍ਰੌਚ, ਉਹ ਵੀ ਤੁਸੀਂ ਵੇਖ ਰਹੇ ਹੋ ਕਿੰਨਾ ਪਿਆਰਾ। ਪਲੇਟਾਂ ਕਾਫੀ ਸੋਹਣੀਆਂ ਨੇ, ਇਹਦੇ ਵਿੱਚ ਤੁਸੀਂ ਵੇਖੋਗੇ 6-7 ਪਲੇਟਾਂ ਲੱਗੀਆਂ ਹੋਈਆਂ ਨੇ, ਤੇ ਵੇਖ ਸਕਦੇ ਹੋ ਆਲ ਓਵਰ ਇਹਦਾ ਵੀ ਲੁੱਕ ਕਾਫੀ ਸੋਹਣਾ ਆਊਗਾ। ਤੇ ਬੰਨਣ ਤੋਂ ਬਾਅਦ ਕਾਫੀ ਸੋਹਣੀ ਕੈਂਟ ਲੱਗਦੀ ਹੈ, ਤੇ ਇਹਨਾਂ ਨੂੰ ਵੇਅਰ ਕਰਨ ਵਾਸਤੇ ਜ਼ਿਆਦਾ ਟਾਈਮ ਨਹੀਂ ਲੱਗਦਾ, ਸਿਰਫ 1 ਮਿੰਟ ਚਾਹੀਦਾ ਹੈ ਜੀ, ਕਿਉਂਕਿ ਬਲਾਊਜ਼ ਰੈਡੀਮੇਡ ਦਿੱਤਾ ਹੋਇਆ ਹੈ, ਵੇਅਰ ਕਰੋ ਤੇ ਚਲੇ ਜਾਓ। ਆ ਲਓ ਇੱਕ ਹੋਰ ਡਿਜ਼ਾਈਨਰ ਪੀਸ, ਕਲਰ ਵੇਖੋ ਕਿੰਨਾ ਪਿਆਰਾ ਹੈ, ਪਿਸਤਾ ਗ੍ਰੀਨ ਪੈਸਟਲ ਕਲਰ, ਤੇ ਨਾਲੇ ਵੇਖ ਸਕਦੇ ਹੋ ਕੰਪਲੀਟ ਤੇ ਤੁਹਾਨੂੰ ਹੈਂਡਵਰਕ ਮਿਲ ਜਾਂਦਾ ਹੈ ਓਰਿਜਨਲ ਮਿਰਰ ਵਰਕ ਦੇ ਨਾਲ। ਤੇ ਆ ਰਿਹਾ ਜੀ ਇਹਦਾ ਬੈਲਟ, ਉਹ ਵੀ ਤੁਸੀਂ ਵੇਖ ਸਕਦੇ ਹੋ ਕਾਫੀ ਸੋਹਣਾ ਜਿਹਾ ਬੈਲਟ ਦਿੱਤਾ ਹੋਇਆ ਹੈ। ਹੁਣ ਗੱਲ ਕਰ ਲੈਂਦੇ ਜੀ ਇਹਦੀ ਸਾੜੀ ਦੀ, ਤਾਂ ਆ ਵੇਖੋ ਜੀ ਸਾੜੀ, ਸਾੜੀ ਵੀ ਕਾਫੀ ਸੋਹਣੀ ਹੈ, ਕਲਰ ਕਾਫੀ ਪਿਆਰਾ ਹੈ, ਇਹ ਹੈ ਜੀ ਲਾਈਕਰਾ ਫੈਬਰਿਕ ਤੇ, ਨਾਲੇ ਆ ਵੇਖੋ ਇਹਦਾ ਬ੍ਰੌਚ ਵੀ ਕਿੰਨਾ ਸੋਹਣਾ ਹੈ, ਕਿੰਨਾ ਪਿਆਰਾ ਹੈ। ਡਿਜ਼ਾਈਨਰ ਪੀਸਿਸ ਨੇ ਸਾਰੇ ਦੇ ਸਾਰੇ, ਇੰਨੇ ਹੈਵੀ ਸਾੜੀਆਂ ਨੇ ਨਾ ਕਿ ਮੈਨੂੰ ਤਾਂ ਲੱਗਦਾ ਹੈ ਕਿ ਇਹ ਪੀਸ ਲੈਵਾਂ ਕਿ ਉਹ ਪੀਸ ਲੈਵਾਂ, ਕਈ ਵਾਰੀ ਐਵੇਂ ਹੋ ਜਾਂਦਾ ਹੈ ਮੇਰੇ ਮਾਈਂਡ 'ਚ, ਤਾਂ ਤੁਹਾਡੇ ਮਾਈਂਡ ਦੇ ਵਿੱਚ ਵੀ ਹੋਊਗਾ, ਬਟ ਤੁਸੀਂ ਇਹਨਾਂ ਨੂੰ ਪਰੇਸ਼ਾਨ ਨਹੀਂ ਹੋਣਾ ਇਹਨਾਂ ਕਰਕੇ। ਤੁਹਾਨੂੰ ਕੀ ਕਰਨਾ ਹੈ ਕਿ ਤੁਸੀਂ ਪਰਚੇਸਿੰਗ ਕਰ ਲਓ, ਜਿਹੜਾ ਵੀ ਕਲੈਕਸ਼ਨ ਤੁਹਾਨੂੰ ਪਸੰਦ ਆਵੇ ਉਹਦਾ ਹੀ ਸਕਰੀਨਸ਼ਾਟ ਲੈ ਲਿਓ, ਤੇ ਸਕਰੀਨ 'ਤੇ ਤੇ ਨੰਬਰ 'ਤੇ ਭੇਜ ਕੇ ਡਾਇਰੈਕਟਲੀ ਮੰਗਾ ਲਓ, ਕਿਉਂਕਿ ਕਈ ਵਾਰੀ ਹੁੰਦਾ ਹੈ ਨਾ ਕਿ ਸਟੋਕ ਨਿਕਲ ਜਾਂਦਾ ਹੈ, ਫਿਰ ਤੁਸੀਂ ਕਹੋਗੇ ਮੈਡਮ ਜੀ ਅੱਜ ਦੇ ਦਿਓ, ਫਿਰ ਉਸ ਟਾਈਮ ਤਾਂ ਮੈਂ ਕਿਵੇਂ ਦੇਵਾਂਗੀ, ਉਹ ਮੈਨੂੰ ਤੁਸੀਂ ਦੱਸ ਦਿਓ ਹੁਣ ਕਿ ਬਾਅਦ 'ਚ ਕਿਵੇਂ ਦੇਵਾਂਗੇ, ਫਿਰ ਤਾਂ ਕਲੈਕਸ਼ਨ ਹੀ ਕੁਝ ਦੂਜਾ ਆ ਜਾਊਗਾ ਨਾ, ਉਦੋਂ ਤੱਕ ਤੁਹਾਨੂੰ ਕੋਈ ਮਤਲਬ ਹੀ ਹੈ ਨਹੀਂ ਫਿਰ ਇਹਨਾਂ ਕਲੈਕਸ਼ਨਸ ਦਾ। ਤਾਂ ਅੱਜ ਹੀ ਮੌਕਾ ਹੈ, ਪਰਚੇਸਿੰਗ ਕਰ ਹੀ ਲਓ ਤੁਸੀਂ ਵੀ। ਤਾਂ ਚਲੋ ਅੱਜ ਦੀ ਵੀਡੀਓ ਨੂੰ ਇੱਥੇ ਐਂਡ ਕਰਦੀ ਹਾਂ, ਫਿਰ ਮਿਲਾਂਗੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ, ਕੁਝ ਨਵੇਂ ਕਲੈਕਸ਼ਨਸ ਲੈ ਕੇ ਆਵਾਂਗੇ। ਉਦੋਂ ਤੱਕ ਤੁਸੀਂ ਵੀ ਰੱਖਿਓ ਆਪਣਾ ਖਿਆਲ, ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ, ਨਾਲੇ ਕੋਈ ਵੀ ਡਾਊਟ ਹੋ ਤੁਸੀਂ ਕਮੈਂਟ ਬਾਕਸ 'ਚ ਜਾ ਕੇ ਕਮੈਂਟ ਕਰ ਸਕਦੇ ਹੋ, ਨਾਲੇ ਸਕਰੀਨ 'ਤੇ ਵੀ ਨੰਬਰ ਦਿੱਤਾ ਹੈ ਉਹਦੇ 'ਤੇ ਵੀ ਕਾਲ ਕਰਕੇ ਤੁਸੀਂ ਬਾਕੀਆਂ ਇਨਫੋਰਮੇਸ਼ਨਸ ਲੈ ਸਕਦੇ ਹੋ, ਨਾਲੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ 'ਤੇ ਕਲਿੱਕ ਕਰ ਰਹੇ ਹੋ, ਉਹਦੇ ਨਾਲ ਤੁਹਾਨੂੰ ਲੇਟੈਸਟ ਕਲੈਕਸ਼ਨ ਦੀ ਜਿਹੜੀ ਵੀ ਲੇਟੈਸਟ ਵੀਡੀਓ ਆਉਣਗੀ ਉਹ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਾਊਗਾ। ਧੰਨਵਾਦ।